ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਿਹਤ ਮੁਲਾਜ਼ਮ ਕਾਮਿਆਂ ਨੇ ਕੀਤੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਅਤੇ ਆਪਣੇ ਆਪ ਨੂੰ ਪੱਕਾ ਕਰਨ ਦੀ ਕੀਤੀ ਮੰਗ। ਬੁਲਾਰੇ ਨੇ ਬੋਲਦਿਆਂ ਕਿਹਾ ਕਿ ਅਸੀਂ ਪਿਛਲੇ 12 ਸਾਲਾਂ ਤੋਂ ਸਿਹਤ ਮਹਿਕਮੇ ਵਿੱਚ ਕੱਚੇ ਹੀ ਕੰਮ ਕਰ ਰਹੇ ਹਾਂ, ਲੇਕਿਨ ਸਰਕਾਰ ਜਦੋਂ ਆਈ ਸੀ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਅਨੁਸਾਰ ਪੱਕੀ ਕਰ ਦੇਵਾਂਗੇ, ਲੇਕਿਨ ਸਾਨੂੰ ਅਜੇ ਤੱਕ 5 ਸਾਲ ਪੂਰੇ ਹੋਣ ਦੇ ਬਾਵਜੂਦ ਵੀ ਸਾਨੂੰ ਅਜੇ ਤੱਕ ਇਹਨਾਂ ਨੇ ਪੱਕਾ ਨਹੀਂ ਕੀਤਾ, ਜਿਸ ਨੂੰ ਲੈ ਕੇ ਅੱਜ ਸਾਡੇ ਵੱਲੋਂ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਧਰਨਾ ਦਿੱਤਾ ਜਾ ਰਿਹਾ ਅਤੇ ਮੰਗ ਕੀਤੀ ਜਾ ਰਹੀ ਕਿ ਸਾਨੂੰ ਜਲਦ ਤੋਂ ਜਲਦੀ ਪੱਕੀ। ਜਸਵੀਰ ਕੌਰ, ਬਲੌਕ ਭਗਤਾ ਜੀ, ਅੰਡਰ NRHM ਐਜ਼ ਇੰਪਲੀਮੈਂਟੇਸ਼ਨ ਜੋਬ ਕਰ ਰਹੀ ਹਾਂ। ਅਸੀਂ ਪੁਰਾਣੇ ਸਾਡੇ ਮੁਲਾਜ਼ਮ 12 ਸਾਲਾਂ ਤੋਂ ਬਹੁਤ ਘੱਟ ਪੇ ਸਕੇਲ 'ਤੇ ਕੰਮ ਕਰ ਰਹੇ ਹਾਂ। ਸਰਕਾਰ ਹਰ ਵਾਰੀ ਲਾਰਾ ਲਾਉਂਦੀ ਹੈ ਕਿ ਤੁਹਾਨੂੰ ਰੈਗੂਲਰ ਕਰਾਂਗੇ, ਪਰ ਉਹਨਾਂ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ। ਹੁਣ ਵੀ ਅਸੀਂ ਧਰਨੇ ਲਾਉਣ ਲਈ ਮਜਬੂਰ ਹੋਏ ਹਾਂ, ਸਾਨੂੰ ਸਰਕਾਰ ਨੇ ਹੀ ਮਜਬੂਰ ਕੀਤਾ ਧਰਨਾ ਲਾਉਣ ਲਈ। ਅਸੀਂ ਸਰਕਾਰ ਨਾਲ ਅੱਜ ਵੀ ਮੋਢੇ ਨਾਲ ਮੋਢਾ ਲੱਗ ਕੰਮ ਕਰਨ ਨੂੰ ਤਿਆਰ ਹਾਂ, ਸਾਡੀਆਂ ਮੰਗਾਂ ਮੰਨੇ, ਸਾਡੇ ਪੇ ਸਕੇਲ ਲਾਗੂ ਕਰੇ। ਸਾਡੀ ਇੱਕੋ ਹੀ ਮੰਗ ਹੈ, ਸਾਨੂੰ ਰੈਗੂਲਰ ਕੀਤਾ ਜਾਵੇ। ਆਪਣੇ ਕਰਮਚਾਰੀ ਹੈ? ਮੇਰਾ ਨਾਮ ਨਰਿੰਦਰ ਕੁਮਾਰ, ਮੈਂ ਜ਼ਿਲ੍ਹਾ ਪ੍ਰਧਾਨ NHM ਯੂਨੀਅਨ ਬਠਿੰਡਾ ਜੀ। ਸਾਡੀ ਸਰਕਾਰ ਨਾਲ ਗੱਲ ਚੱਲ ਰਹੀ ਸੀ ਲਗਾਤਾਰ, ਜੋ ਕਿ ਸਰਕਾਰ ਸਾਡੀ ਕਿਸੇ ਵੀ ਗੱਲ ਨੂੰ ਜਿਹੜੀ ਹੈਗੀ ਅੱਗੇ ਸੁਣ ਨਹੀਂ ਰਹੀ, ਨਾ ਸਾਡੇ ਸਿਹਤ ਮੰਤਰੀ ਜੀ, ਨਾ ਸਾਡੇ ਮਾਨਯੋਗ ਮਿਸ਼ਨ ਡਾਇਰੈਕਟਰ ਸਾਹਿਬ, ਨਾ ਸਾਡੇ ਸਕੱਤਰ ਸਾਹਿਬ, ਉਹ ਇਹ ਦੇਖ ਰਹੇ ਨੇ ਵੀ ਇਹ ਠੀਕ ਹੈ, ਇਹ ਬੰਦੇ ਜਿਹੜੇ ਹੈਗੇ ਨੇ ਕੰਮ ਕਰ ਰਹੇ ਨੇ, ਕਰੋਨਾ ਯੋਧੇ ਹੈਗੇ ਨੇ, ਕੰਮ ਕਰ ਸਕਦੇ ਨੇ। ਲੇਕਿਨ ਜਦੋਂ ਇਹ ਕਰੋਨਾ ਯੋਧੇ ਆਪਣੇ ਹੱਕ ਮੰਗਣ ਲਈ ਜਾਂਦੇ ਨੇ ਤਾਂ ਪੂਰਾ ਨਾ ਕਰ ਦਿੱਤੀ ਜਾਂਦੀ ਹੈ। ਅਸੀਂ ਸਰਕਾਰ ਨੂੰ ਇਹੀ ਬੇਨਤੀ ਕੀਤੀ ਸੀ ਵੀ ਜਿਹੜਾ ਇਹਨਾਂ ਦਾ ਮਾਣ ਸਨਮਾਨ ਹੈਗਾ ਗਾ, ਇਹ ਵੀ ਬਰਾਬਰ ਮੁਲਾਜ਼ਮਾਂ ਦੇ ਜਿਹੜੇ ਦੂਜੇ ਮੁਲਾਜ਼ਮ ਕੰਮ ਕਰ ਰਹੇ ਆ, ਰੈਗੂਲਰ ਮੁਲਾਜ਼ਮ ਕੰਮ ਕਰ ਰਹੇ, ਉਹਨਾਂ ਦੇ ਬਰਾਬਰ ਕੀ ਉਹਨਾਂ ਤੋਂ ਵੱਧ ਕੇ ਕੰਮ ਕਰ ਰਹੇ ਨੇ, 12-12 ਘੰਟੇ ਕੀ 24-24 ਡਿਊਟੀਆਂ ਕਰ ਰਹੇ ਨੇ, ਫਿਰ ਇਹਨਾਂ ਦੇ ਜਿਹੜੇ ਹੱਕ ਨੇ ਉਹ ਕਿਉਂ ਨਹੀਂ ਦਿੱਤੇ ਜਾ ਰਹੇ? ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਾਡਾ ਕੋਈ ਮਕਸਦ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਸਟ੍ਰਾਈਕ 'ਤੇ ਜਾਣ ਦਾ, ਅਸੀਂ ਨਹੀਂ ਚਾਹੁੰਦੇ ਵੀ ਅਸੀਂ ਇਸ ਦੁੱਖ ਦੀ ਘੜੀ ਵਿੱਚ, ਇਸ ਜਿਹੜਾ ਪੈਂਡੈਮਿਕ ਚੱਲਦਾ ਗਾ, ਸਾਡੇ ਮੁਲਾਜ਼ਮਾਂ ਦੇ ਨਾਲ, ਸਾਡੇ ਮੁਲਾਜ਼ਮਾਂ ਦੀ ਹੜਤਾਲ ਦੀ ਜਾਣ ਕਰਕੇ ਕਿਸੇ ਦਾ ਨੁਕਸਾਨ ਹੋਵੇ। ਅਸੀਂ ਸਰਕਾਰ ਨੂੰ ਇਹੀ ਵਾਰ-ਵਾਰ ਬੇਨਤੀ ਕਰਦੇ ਹਾਂ ਕਿ ਮੁਲਾਜ਼ਮਾਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਫੌਰੀ ਤੌਰ 'ਤੇ ਦਿੱਤੇ ਜਾਣ, ਤਾਂ ਜੋ ਜਿਹੜੇ ਇਹ ਬੰਦੇ ਜਿਹੜੇ ਮੁਲਾਜ਼ਮ ਹੈਗੇ ਨੇ ਇਹ ਖੁਸ਼ੀ ਆਪਣੇ ਕੰਮ ਕਰਨ, ਤਾਂ ਜੋ ਇਹਨਾਂ ਨੂੰ ਵੀ ਪਤਾ ਲੱਗੇ, ਇਹਨਾਂ ਨੂੰ ਵੀ ਇਹ ਆਪਣੇ ਭਵਿੱਖ ਜਿਹੜਾ ਹੈਗਾ ਸੁਰੱਖਿਅਤ ਮਹਿਸੂਸ ਹੋਵੇ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ, ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।